ਬੜਾ ਇੱਕ ਵਾਰ ਫਿਰ ਆਪਣੀ ਅੱਜ ਦੀ ਇਸ ਵੀਡੀਓ ਵਿੱਚ ਇਸ ਵੀਡੀਓ ਵਿੱਚ ਵੀ ਟਾਪਾਂ ਤੁਹਾਡੇ ਲਈ ਜਮਾਤ 8ਵੀਂ ਲਈ 7ਵੀਂ ਤੇ 6ਵੀਂ ਲਈ ਪੇਪਰ ਪੈਟਰਨ ਜਿਹੜਾ ਉਹ ਸਾਇੰਸ ਵਿਸ਼ੇ ਦਾ ਤੁਹਾਡਾ ਨਾਲ ਸ਼ੇਅਰ ਕਰਾਂਗੇ ਜਿਹੜਾ 8ਵੀਂ ਜਮਾਤ ਲਈ ਪੇਪਰ ਪੈਟਰਨ ਆ ਬਟਾ ਇਹ ਪ੍ਰੀ ਬੋਰਡ ਐਗਜ਼ਾਮ ਲਈ ਵੀ ਸੇਮ ਹੀ ਹੈ ਤੇ ਜਿਹੜੇ ਫਾਈਨਲ ਐਗਜ਼ਾਮ ਤੁਹਾਡੇ ਬੋਰਡ ਐਗਜ਼ਾਮ 20 ਤਰੀਕ ਤੋਂ ਸ਼ੁਰੂ ਹੋ ਰਹੇ ਹੈ ਉਹਨਾਂ ਲਈ ਵੀ ਸੇਮ ਹੀ ਹੈ ਠੀਕ ਕਿਹੜੇ ਚੈਪਟਰ ਦੇ ਵਿੱਚੋਂ ਕਿੰਨੇ ਨੰਬਰਾਂ ਦਾ ਕੰਮ ਆਏਗਾ 1 1 2 3 ਤੇ ਟੋਟਲ ਜਿਹੜਾ ਆਪਾਂ ਨੂੰ ਕੰਮ ਹਰੇਕ ਚੈਪਟਰ ਦੇ ਵਿੱਚ ਆਉਣਾ ਕਿੰਨਾ ਆਏਗਾ ਉਹ ਆਪਾਂ ਇਸ ਵੀਡੀਓ ਵਿੱਚ ਦੇਖਾਂਗੇ ਇਸੇ ਵੀਡੀਓ ਦੇ ਵਿੱਚ ਆਪਾਂ ਵਿੱਚੇ ਦੇਖਾਂਗੇ ਅੱਗੇ ਜਾ ਕੇ ਬਟਾ 6ਵੀਂ ਤੇ 7ਵੀਂ ਦਾ ਸਾਇੰਸ ਦਾ ਪੇਪਰ ਪੈਟਰਨ ਠੀਕ ਹੈ ਤਾਂ 8ਵੀਂ ਜਮਾਤ ਲਈ ਆਪਾਂ ਸ਼ੁਰੂ ਕਰਦੇ ਹਾਂ ਕੁੱਲ ਪੇਪਰ ਜਿਹੜਾ ਉਹ 70 ਅੰਕਾਂ ਦਾ ਹੋਏਗਾ ਪ੍ਰਯੋਗੀ ਪ੍ਰੀਖਿਆ ਜਿਹੜੀ ਉਹ 20 ਦੀ ਹੋਏਗੀ ਸੀਸੀ ਤੇ ਤੁਹਾਡੇ ਅਧਿਕ ਸਾਮਾਨ ਵੱਲੋਂ ਲਈ ਜਾਣੀ ਹੈ ਜਿਹੜੇ 10 ਟੋਟਲ 100 ਠੀਕ ਹੈ ਤਾਂ ਇਸ ਪ੍ਰਸ਼ਨ ਪੱਤਰ ਦੇ ਵਿੱਚ 16 ਕੁਐਸਚਨ ਹੋਣਗੇ ਬਟਾ ਠੀਕ ਹੈ ਤਾਂ ਆਪਣਾ ਚੈਪਟਰ ਵਾਈਜ਼ ਵਨ ਦਾ ਆਪਾਂ ਦੇਖ ਰਹੇ ਹਾਂ ਇੱਥੇ ਇਹ ਪਹਿਲਾ ਚੈਪਟਰ ਹੈ ਫਸਲ ਉਤਪਾਦਨਾ ਤੇ ਪ੍ਰਬੰਧਨ ਇਹਦੇ ਵਿੱਚੋਂ ਕੁੱਲ ਪੇਪਰ ਜਿਹੜਾ ਉਹ 6 ਅੰਕਾਂ ਦਾ ਆਏਗਾ ਤਿੰਨ ਕੁਐਸਚਨ 1-1 ਅੰਕਾਂ ਦੇ ਤੇ ਇੱਕ ਕੁਐਸਚਨ 3 ਅੰਕਾਂ ਦਾ ਟੋਟਲ 6 ਅੰਕਾਂ ਦਾ ਦੂਸਰਾ ਚੈਪਟਰ ਹੈ ਸੂਖਮ ਜੀਵ ਮਿੱਤਰ ਦੁਸ਼ਮਣ ਇਸ ਦੇ ਵਿੱਚੋਂ ਕੁੱਲ ਪੇਪਰ 4 ਅੰਕਾਂ ਦਾ ਆਏਗਾ ਤਿੰਨ ਕੁਐਸਚਨ ਦੋ ਕੁਐਸਚਨ 1-1 ਨੰਬਰ ਦੇ ਹੋਣਗੇ ਇੱਕ ਕੁਐਸਚਨ 2 ਅੰਕਾਂ ਦਾ ਆਏਗਾ ਠੀਕ ਹੈ ਅੱਗੇ ਸੰਸਲਿਸਟ ਰੇਸ਼ੇ ਪਲਾਸਟਿਕ ਇਹਦੇ ਵਿੱਚੋਂ 3 ਅੰਕਾਂ ਦਾ ਆਏਗਾ ਇੱਕੋ ਹੀ ਕੁਐਸਚਨ ਆਏਗਾ ਦੋ ਤਿੰਕ ਵਾਲੇ ਨਹੀਂ ਹੋਣਗੇ ਉਸ ਤੋਂ ਬਾਅਦ ਪਦਾਰਥ ਧਾਤਾਂ ਦੇ ਧਾਤਾਂ ਦੇ ਵਿੱਚ ਕੁੱਲ ਚਾਰ ਅੰਕਾਂ ਦਾ ਦੋ ਕੁਐਸਚਨ ਇੱਕ ਇੱਕ ਨੰਬਰ ਦੇ ਇੱਕ ਕੁਐਸਚਨ ਦੋ ਅੰਕਾਂ ਦਾ ਅੱਗੇ ਹੈ ਬਟਾ ਆਪਣਾ ਕੋਲਾ ਤੇ ਪੈਟਰੋਲੀਅਮ ਕੁੱਲ ਪੰਜ ਅੰਕਾਂ ਦਾ ਦੋ ਕੁਐਸਚਨ ਇੱਕ ਇੱਕ ਨੰਬਰ ਦੇ ਇੱਕ ਤਿੰਨ ਅੰਕਾਂ ਦਾ ਠੀਕ ਹੈ ਜਲਣਾ ਤੇ ਲਾਟ ਇਹਦੇ ਵਿੱਚ ਕੁੱਲ ਜਿਹੜਾ ਪੇਪਰ ਉਹਨਾਂ ਚਾਰ ਅੰਕਾਂ ਦਾ ਆਏਗਾ ਇੱਕ ਦੋ ਕੁਐਸਚਨ ਇੱਕ ਇੱਕ ਨੰਬਰ ਦੇ ਇੱਕ ਕੁਐਸਚਨ ਦੋ ਅੰਕਾਂ ਦਾ ਠੀਕ ਹੈ ਨੈਕਸਟ ਕੁਐਸਚਨ ਦੇ ਵਿੱਚ ਵੀ ਸੇਮ ਬਿਲਕੁਲ ਸੇਮ ਪੇਪਰ ਪਰਨਾ ਇਹਦਾ ਵੀ ਪੌਦਿਆਂ ਤੇ ਜੰਤੂਆਂ ਦਾ ਸੁਰੱਖਣ ਕੁੱਲ 4 ਦਾ 1 2 ਦਾ ਆਊਗਾ ਤੇ 2 2 ਵਾਲੇ 1 ਆਉਣਗੇ ਆ ਜਿੱਕੇ ਨੰਬਰ ਵਾਲੇ 2 ਆਉਣਗੇ 1 2 ਦਾ ਆਊਗਾ ਠੀਕ ਹੈ ਉਸ ਤੋਂ ਅੱਗੇ ਹੈ ਆਪਣਾ ਸੈਲ ਬੰਤਰਾ ਤੇ ਕਾਰਜ ਕੁੱਲ 5 ਅੰਕਾਂ ਦਾ ਠੀਕ ਹੈ ਇੱਕ ਇੱਕ ਅੰਕਾਂ ਵਾਲੇ ਆਪਣੇ ਕੋਲ ਤਿੰਨ ਕੁਐਸਚਨ ਇੱਕ ਅੰਕ ਇੱਕ ਕੁਐਸਚਨ ਹੈ ਜਿਹੜਾ ਉਹ ਦੋ ਅੰਕਾਂ ਦਾ ਆਏਗਾ ਠੀਕ ਹੈ ਜਲਨ ਪਰਜਨਨ ਪੌਦਿਆਂ ਵਿੱਚ ਜੰਤੂਆਂ ਵਿੱਚ ਪਰਜਨਨ ਇਹ ਚੈਪਟਰ ਕੁੱਲ 4 ਅੰਕਾਂ ਦਾ ਦੋ ਕੁਐਸਚਨ ਆ ਜਿਹੜੇ ਸਾਨੂੰ ਇੱਕ ਇੱਕ ਨੰਬਰ ਦੇ ਇੱਕ ਦੋ ਅੰਕਾਂ ਦਾ ਠੀਕ ਹੈ ਉਸ ਤੋਂ ਬਾਅਦ ਕਿਸ਼ੋਰ ਅਵਸਥਾ ਵੱਲ ਕੁੱਲ ਦੋ ਅੰਕਾਂ ਦਾ ਆਏਗਾ ਠੀਕ ਹੈ ਦੋ ਦੋ ਹੀ ਕੁਐਸਚਨ ਹੋਣਗੇ ਇੱਕ ਇੱਕ ਨੰਬਰ ਦੇ ਅੱਗੇ ਇੰਪੋਰਟੈਂਟ ਚੈਪਟਰ ਹੈ ਬਲ ਅਤੇ ਦਾਬ ਕੁੱਲ ਪੰਜ ਅੰਕਾਂ ਦਾ ਦੋ ਕੁਐਸਚਨ ਆ ਜਿਹੜੇ ਸਾਨੂੰ ਇੱਕ ਇੱਕ ਨੰਬਰ ਦੇ ਹੋਣਗੇ ਇੱਕ 3 ਅੰਕਾਂ ਦਾ ਆਏਗਾ ਠੀਕ ਹੈ ਉਸ ਤੋਂ ਬਾਅਦ ਰਗੜ ਚੈਪਟਰ ਫ੍ਰਿਕਸ਼ਨ ਚੈਪਟਰ ਚਾਰ ਅੰਕਾਂ ਦਾ ਦੋ ਕੁਐਸਚਨ ਇੱਕ ਇੱਕ ਨੰਬਰ ਦੇ ਇੱਕ ਦੋ ਦਾ ਠੀਕ ਹੈ ਉਸਵਾ ਧੁਨੀ ਸਾਊਂਡ ਚੈਪਟਰ ਇਹਦੇ ਵਿੱਚੋਂ ਵੀ ਇੰਪੋਰਟੈਂਟ ਆ ਬਟਾ ਇਹ 5 ਦਾ ਦੋ ਕੁਸ਼ਣ ਇੱਕ ਇੱਕ ਨੰਬਰ ਦੇ ਇੱਕ 3 ਦਾ ਨੈਕਸਟ ਫੇਰ ਬਿਜਲੀ ਦਾ ਰਦ ਚੁੰਬਕੀ ਪ੍ਰਭਾਵ 4 ਅੰਕਾਂ ਦਾ ਦੋ ਕੁਸ਼ਣ ਇੱਕ ਇੱਕ ਨੰਬਰ ਦੇ 1 2 ਦਾ ਟੋਟਲ 4 ਦਾ ਕੁਝ ਕੁਦਰਤੀ ਘਟਨਾਵਾਂ ਦੋ ਅੰਕਾਂ ਦਾ ਹੀ ਆਏਗਾ ਦੋਨੋਂ ਕੁਸ਼ਣ ਇੱਕ ਇੱਕ ਨੰਬਰ ਦੇ ਆਉਣਗੇ ਪ੍ਰਕਾਸ਼ ਚੈਪਟਰ ਠੀਕ ਹੈ ਲਾਈਟ ਕੁੱਲ 4 ਅੰਕਾਂ ਦਾ ਦੋ ਕੁਸ਼ਣ ਇੱਕ ਇੱਕ ਨੰਬਰ ਦੇ 1 2 ਦਾ ਸੂਰਜੀ ਪਰਿਵਾਰ ਤਾਰੇ ਅਤੇ ਸੂਰਜੀ ਪਰਿਵਾਰ ਦੋ ਅੰਕਾਂ ਦਾ ਠੀਕ ਹੈ ਦੋਨੋਂ ਕੁਐਸਚਨ ਸਾਨੂੰ ਇੱਕ-ਇੱਕ ਨੰਬਰ 'ਚ ਪੁੱਛੇ ਜਾਣਗੇ ਠੀਕ ਹੈ ਹਵਾ ਤੇ ਪਾਣੀ ਦਾ ਪ੍ਰਦੂਸ਼ਣ ਤਿੰਨ ਅੰਕਾਂ ਦਾ ਹੋਏਗਾ ਇੱਕ ਕੁਐਸਚਨ ਇੱਕ ਨੰਬਰ ਦਾ ਤੇ ਇੱਕ ਕੁਐਸਚਨ ਦੋ ਨੰਬਰ ਦਾ ਠੀਕ ਹੈ ਟੋਟਲ ਜਿਹੜਾ ਸਾਨੂੰ ਪੇਪਰ ਆ ਉਹ 70 ਅੰਕਾਂ ਦਾ ਪੁੱਛਿਆ ਜਾਊਗਾ ਪ੍ਰਸ਼ਨ ਪੱਤਰ ਦੇ ਵਿੱਚ 16 ਪ੍ਰਸ਼ਨ ਹੋਣਗੇ ਪ੍ਰਸ਼ਨ ਨੰਬਰ ਪਹਿਲੇ ਦੇ ਵਿੱਚ 35 ਠੀਕ ਹੈ ਕਿ ਕਿਹੜੇ ਹੋਣਗੇ ਵੀ ਇੱਕ-ਇੱਕ ਅੰਕਾਂ ਵਾਲੇ ਬਹੁਤ ਗਲਪੀ ਉਸ ਤੋਂ ਬਾਅਦ 2 ਤੋਂ 11 ਤੱਕ ਦੋ-ਦੋ ਅੰਕਾਂ ਵਾਲੇ 12 ਤੋਂ 16 ਤੱਕ ਤਿੰਨ ਤਿੰਨ ਅੰਕਾਂ ਵਾਲੇ ਕੁਐਸਚਨ ਹੋਣਗੇ ਇਹਨਾਂ ਦੇ ਵਿੱਚ ਜਾਂ ਵੀ ਹੋਏਗੀ ਠੀਕ ਹੈ ਬੇਟਾ ਇਹ ਸੀਗਾ 8ਵੀਂ ਜਮਾਤ ਦਾ ਪੇਪਰ ਪੈਟਰਨ ਤੁਸੀਂ ਚਾਹੋ ਤਾਂ ਇਸ ਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ ਠੀਕ ਹੈ ਆਪਣੀ ਬੁੱਕ ਤੇ ਨੋਟ ਕਰ ਲੈਣਾ ਆਪਾਂ ਇਸ ਦੇ ਹਿਸਾਬ ਨਾਲ ਆਪਣੀ ਤਿਆਰੀ ਆਰੰਭ ਕਰਨੀ ਹੈ ਉਸ ਤੋਂ ਬਾਅਦ ਜਮਾਤ 7ਵੀਂ ਲਈ ਵੀ ਪੇਪਰ ਆ ਜਿਹੜਾ ਉਹ ਤਿੰਨ ਅੰਕਾਂ ਦਾ 70 ਦਾ ਹੀ ਹੋਏਗਾ ਪ੍ਰਯੋਗੀ ਪ੍ਰੀਖਿਆ 20 ਦੀ ਹੋਏਗੀ CC 10 ਟੋਟਲ ਜਿਹੜਾ ਪੇਪਰ ਆਪਾਂ ਨੂੰ ਫਾਈਨਲ ਪੁੱਛਿਆ ਜਾਣਾ ਬੇਟਾ ਉਹ 70 ਦਾ ਹੋਊਗਾ ਠੀਕ ਹੈ 16 ਕੁਐਸਚਨ ਹੋਣਗੇ 8ਵੀਂ ਦੀ ਤਰ੍ਹਾਂ ਹੀ ਠੀਕ ਹੈ ਇਹਦੇ ਵਿੱਚ ਜ ਜੰ ਪੌਦਿਆਂ ਵਿੱਚ ਪੋਸ਼ਣ ਕੁੱਲ 5 ਅੰਕਾਂ ਦਾ ਇਸ ਦੇ ਵਿੱਚੋਂ 2 ਕੁਐਸਚਨ ਇੱਕ ਇੱਕ ਨੰਬਰ ਦੇ ਇੱਕ ਕੁਐਸਚਨ 3 ਅੰਕਾਂ ਦਾ ਠੀਕ ਹੈ ਨੈਕਸਟ ਜੰਤੂਆਂ ਵਿੱਚ ਪੋਸ਼ਣ ਇਹ ਇਸ ਦੇ ਵਿੱਚ 4 ਕੁੱਲ 4 ਦਾ 2 ਕੁਐਸਚਨ ਇੱਕ ਇੱਕ ਨੰਬਰ ਦੇ ਇੱਕ 2 ਦਾ ਕੱਪੜਿਆਂ ਤੋਂ ਰੇਸ਼ਿਆਂ ਤੋਂ ਕੱਪੜਿਆਂ ਤੱਕ ਕੁੱਲ 5 ਦਾ 2 ਕੁਐਸਚਨ ਇੱਕ ਇੱਕ ਨੰਬਰ ਦੇ ਇੱਕ 3 ਦਾ ਤਾਪ ਚੈਪਟਰ ਹੀਟ ਚੈਪਟਰ 4 ਅੰਕਾਂ ਦਾ ਆਏਗਾ 2 ਕੁਐਸਚਨ ਇੱਕ ਇੱਕ ਨੰਬਰ ਦੇ ਇੱਕ 2 ਦਾ ਤਜਾਬ ਖਾਰੇ ਤੇ ਲੂਨ ਚੈਪਟਰ 4 ਅੰਕਾਂ ਦਾ ਦੋ ਗạchਨੀ ਇੱਕ ਨੰਬਰ ਦੇ 1 2 ਦਾ ਠੀਕ ਹੈ ਉਸ ਤੋਂ ਬਾਅਦ ਪੌਦ ਤਿਕਾ ਦੇ ਰਸਾਇਣਿਕ ਪ੍ਰਵਰਤਨ ਕੁੱਲ 5 ਅੰਕਾਂ ਦਾ ਦੋ ਗạchਨੀ ਇੱਕ ਨੰਬਰ ਦੇ 1 3 ਦਾ ਠੀਕ ਹੈ ਨੈਕਸਟ ਮੌਸਮ ਜਲਵਾਜੂ ਅਤੇ ਜਲਵਾਜੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ ਕੁੱਲ 4 ਦਾ ਦੋ ਗạchਨੀ ਇੱਕ ਨੰਬਰ ਦੇ 1 2 ਦਾ ਪੌਣ ਤੂਫਾਨ ਅਤੇ ਚੱਕਰਵਾਤ ਕੁੱਲ 3 ਅੰਕਾਂ ਦਾ ਇੱਕ ਕੁਐਸਚਨ ਇੱਕ ਦੇ ਵਿੱਚ ਇੱਕ ਕੁਐਸਚਨ ਦੋ ਦੇ ਵਿੱਚ ਮਿੱਟੀ 3 ਅੰਕਾਂ ਦਾ ਤੇ ਤਿੰਨੇ ਜਿਹੜੇ ਸਾਨੂੰ ਇੱਕ ਇੱਕ ਨੰਬਰ ਦੇ ਪੁੱਛੇ ਜਾਣਗੇ ਛੋਟੇ ਕੁਐਸਚਨ ਜੀਵਾਂ ਵਿੱਚ ਸਾਹ ਘਰੇ ਆ ਚਾਰ ਅੰਕਾਂ ਦਾ ਦੋ ਕੁਐਸਚਨ ਇੱਕ ਇੱਕ ਨੰਬਰ ਦੇ ਇੱਕ ਦੋ ਦਾ ਪੌਦਿਆਂ ਤੇ ਜੰਤੂਆਂ ਵਿੱਚ ਪਰਵહન ਕੁੱਲ ਚਾਰ ਦਾ ਇੱਕ ਕੁਐਸਚਨ ਇੱਕ ਨੰਬਰ ਦਾ ਇੱਕ ਤਿੰਨ ਨੰਬਰ ਦਾ ਜੰਤੂਆਂ ਵਿੱਚ ਬਾਹ ਪੌਦਿਆਂ ਵਿੱਚ ਬਾਜਨਨ ਚਾਰ ਅੰਕਾਂ ਦਾ ਠੀਕ ਹੈ ਦੋ ਕੁਐਸਚਨ ਇੱਕ ਇੱਕ ਨੰਬਰ ਦੇ ਇੱਕ ਦੋ ਦਾ ਪੌਦ ਗਤੀ ਅਤੇ ਸਮਾਂ ਠੀਕ ਹੈ ਕੁੱਲ ਪੰਜ ਦਾ ਆਏਗਾ ਬਟਾ ਦੋ ਗੋਸ਼ਣਿਕੇ ਨੰਬਰ ਦੇ 1 ਤਿੰਨ ਦਾ ਬਿਜਲੀ ਧਾਰਾ ਤੇ ਇਸ ਦੇ ਪ੍ਰਭਾਵ ਕੁੱਲ 4 ਅੰਕਾਂ ਦਾ ਤੋ ਗੋਸ਼ਣਿਕੇ ਨੰਬਰ ਦੇ 1 2 ਦਾ ਪ੍ਰਕਾਸ਼ ਚੈਪਟਰ 3 ਅੰਕਾਂ ਦਾ ਤਾਂ ਤਿੰਨੇ ਕੁਐਸਚਨ ਆ ਜਿਹੜੇ ਸਾਨੂੰ 1-1 ਨੰਬਰ ਦੇ ਛੋਟੇ ਪੁੱਛੇ ਜਾਣਗੇ ਪਾਣੀ ਇੱਕ ਅਨਮੋਲ ਸਾਧਨ ਕੁੱਲ 3 ਅੰਕਾਂ ਦਾ 1-1 ਨੰਬਰ ਦਾ ਤੇ 1 2 ਦਾ ਜੀਵਨ ਸਾਡੀ ਜੀਵਨ ਰੇਖਾ 2 ਅੰਕਾਂ ਦਾ ਦੋਨੇ ਕੁਐਸਚਨ 1-1 ਨੰਬਰ ਦੇ ਪੁੱਛੇ ਜਾਣਗੇ ਬਿਰਥ ਪਾਣੀ ਦੀ ਕਹਾਣੀ 4 ਅੰਕਾਂ ਦਾ 1 2 ਕੁਐਸਚਨ 1-1 ਨੰਬਰ ਦੇ ਤੇ 1 ਦੋ ਦਾ ਟੋਟਲ 16 ਕੁਐਸਚਨ ਹੋਣਗੇ 1 ਤੋਂ 35 ਤੱਕ ਜਿਹੜੇ ਕੁਐਸਚਨ ਹੋਏਗੇ ਕਿੰਨੇ ਨੰਬਰ ਦੇ ਹੋਣਗੇ ਅੱਗੇ 2 ਤੋਂ 11 ਤੱਕ ਪਹਿਲੇ ਪਾਰਟ ਤੋਂ ਅੱਗੇ ਦੂਸਰੇ ਦੋ ਦੋ ਅੰਕਾਂ ਵਾਲੇ 12 ਤੋਂ ਲੈ ਕੇ 16 ਤੱਕ ਤਿੰਨ ਤਿੰਨ ਅੰਕਾਂ ਵਾਲੇ ਕੁਐਸਚਨ ਹੋਣਗੇ ਠੀਕ ਹੈ ਕੁੱਲ ਪੇਪਰ ਆ ਜਿਹੜਾ ਤੁਹਾਨੂੰ ਸਾਰੀ ਵਿਗਿਆਨ ਦੀ ਬੁੱਕ ਆ ਜਿਹੜੀ ਉਹ ਸਿਲੇਬਸ ਦੇ ਵਿੱਚ ਆ ਬੇਟਾ ਉਸ ਹਿਸਾਬ ਨਾਲ ਹੀ ਸਿਲੇਬਸ ਦੇ ਪੇਪਰ ਪੈਟਰਨ ਦੀ ਬੰਡ ਹੈ ਵੀ ਕਿਹੜੇ ਚੈਪਟਰ ਦੇ ਵਿੱਚੋਂ ਕਿੰਨੇ ਨੰਬਰਾਂ ਦਾ ਕੰਮ ਸਾਨੂੰ ਆਏਗਾ ਠੀਕ ਹੈ ਇਹ ਸੀਗਾ ਜਮਾਤ 7ਵੀਂ ਲਈ ਨੈਕਸਟ ਆਪਾਂ ਦੇਖਦੇ ਹਾਂ ਜਮਾਤ 6ਵੀਂ ਲਈ ਸ਼ੈਮੀ ਦਾ ਪੇਪਰ ਵੀ 7ਵੀਂ ਤੇ 8ਵੀਂ ਦੀ ਤਰ੍ਹਾਂ 70 ਅੰਕਾਂ ਦਾ ਹੋਏਗਾ ਸਾਇੰਸ ਦਾ ਠੀਕ ਹੈ ਤਾਂ ਇਹਦੇ ਵਿੱਚ ਵੀ ਚੈਪਟਰ ਵਾਈਜ਼ ਵਨ ਹੈ ਭੋਜਨ ਚੈਪਟਰ ਜਿਹੜਾ ਹੈ ਕੁੱਲ 5 ਅੰਕਾਂ ਦਾ ਆਏਗਾ ਇੱਕ ਇੱਕ ਨੰਬਰ ਦੇ ਦੋ ਆਉਣਗੇ ਇੱਕ ਕੁਐਸਚਨ 3 ਅੰਕਾਂ ਦਾ ਆਏਗਾ ਅੱਗੇ ਭੋਜਨ ਦੇ ਤੱਤ ਕੰਪੋਨੈਂਟਸ ਆਫ ਫੂਡ 4 ਅੰਕਾਂ ਦਾ ਇੱਕ ਇੱਕ ਵਾਲੇ ਦੋ ਤੇ ਇੱਕ 2 ਵਾਲਾ ਰੇਸ਼ਿਆਂ ਤੋਂ ਕੱਪੜਿਆਂ ਤੱਕ 6 ਅੰਕਾਂ ਦਾ ਆਏਗਾ ਠੀਕ ਹੈ ਤਿੰਨ ਕੁਐਸਚਨ ਇੱਕ ਇੱਕ ਨੰਬਰ ਦੇ ਤੇ ਇੱਕ ਕੁਐਸਚਨ ਤਿੰਨ ਅੰਕਾਂ ਦਾ ਠੀਕ ਹੈ ਟੋਟਲ 6 ਦਾ ਇੰਪੋਰਟੈਂਟ ਹੈ ਬੇਟਾ ਇਹ ਚੈਪਟਰ ਅੱਗੇ ਵਸਤੂਆਂ ਦੇ ਸਮੂਹ ਬਣਾਉਣਾ 4 ਅੰਕਾਂ ਚ ਇੱਕ ਇੱਕ ਨੰਬਰ ਦੇ ਦੋ ਇੱਕ ਕੁਐਸਚਨ ਦੋ ਅੰਕਾਂ ਦਾ ਅੱਗੇ ਪਦਾਰਥਾਂ ਦਾ ਨਖੇੜਨ 4 ਅੰਕਾਂ ਦੇ ਵਿੱਚ ਇੱਕ ਇੱਕ ਵਾਲੇ ਦੋ ਕੁਐਸਚਨ ਤੇ ਦੋ ਵਾਲਾ ਇੱਕ ਸਾੜੇ ਵਾਲੇ ਦਵਾਲੇ ਦੇ ਪਰਵਰਤਨ 5 ਅੰਕਾਂ ਚ ਇੱਕ ਇੱਕ ਵਾਲੇ ਦੋ ਕੁਐਸਚਨ ਇੱਕ ਕੁਐਸਚਨ 3 ਅੰਕਾਂ ਚ ਪੌਦਿਆਂ ਨੂੰ ਜਾਣੋ 4 ਅੰਕਾਂ ਦੇ ਵਿੱਚ ਇੱਕ ਇੱਕ ਵਾਲੇ ਦੋ ਕੁਐਸਚਨ ਤੇ ਇੱਕ ਕੁਐਸਚਨ 2 ਨੰਬਰਾਂ ਵਾਲਾ ਸਰੀਰ ਵਿੱਚ ਗਤੀ ਮੂਵਮੈਂਟ ਠੀਕ ਹੈ 5 ਅੰਕਾਂ ਦੇ ਵਿੱਚ ਟੋਟਲ ਤਿੰਨ ਕੁਐਸਚਨ ਇੱਕ ਇੱਕ ਨੰਬਰ ਦੇ ਤੇ ਇੱਕ ਕੁਐਸਚਨ 2 ਨੰਬਰ ਦਾ ਸਜੀਵ ਆ ਤੇ ਉਸਦਾ ਚੌਗਿਰਦਾ ਤਿੰਨ ਅੰਕਾਂ ਚ ਠੀਕ ਹੈ ਤੇ ਤਿੰਨੇ ਇੱਕ ਇੱਕ ਵਾਲੇ ਕੁਐਸਚਨ ਹੋਣਗੇ ਗਤੀ ਆ ਤੇ ਦੂਰੀਆਂ ਦਾ ਮਾਪਣ 4 ਅੰਕਾਂ ਦੇ ਵਿੱਚ ਦੋ ਕੁਐਸਚਨ ਇੱਕ ਇੱਕ ਨੰਬਰ ਦੇ ਇੱਕ ਦੋ ਦਾ ਪ੍ਰਕਾਸ਼ ਪਰਛਾਵੇਂ ਅਤੇ ਪ੍ਰਾਵਰਤਨ ਪੰਜ ਅੰਕਾਂ ਦੇ ਵਿੱਚ ਦੋ ਕਸ਼ਣ ਇੱਕ ਇੱਕ ਨੰਬਰ ਦੇ ਇੱਕ ਤਿੰਨ ਅੰਕਾਂ ਦਾ ਬਿਜਲੀ ਅਤੇ ਸਰਕਟ ਠੀਕ ਹੈ ਚਾਰ ਅੰਕਾਂ ਦੇ ਵਿੱਚ ਦੋ ਕਸ਼ਣ ਇੱਕ ਇੱਕ ਨੰਬਰ ਦੇ ਇੱਕ ਦੋ ਦਾ ਚੁੰਮਕਾਂ ਰਾਹੀ ਮਨੋਰੰਜਨ ਪੰਜ ਅੰਕਾਂ ਦੇ ਵਿੱਚ ਦੋ ਕਸ਼ਣ ਇੱਕ ਇੱਕ ਨੰਬਰ ਦੇ ਇੱਕ ਤਿੰਨ ਅੰਕਾਂ ਦਾ ਪਾਣੀ ਚਾਰ ਅੰਕਾਂ ਦਾ ਦੋ ਕਸ਼ਣ ਇੱਕ ਇੱਕ ਨੰਬਰ ਦੇ ਇੱਕ ਦੋ ਦਾ ਸਿਮਿਲਰਲੀ ਚਾਰਜ ਵੀਰ ਹਵਾ ਇਹ ਵੀ ਚਾਰ ਅੰਕਾਂ ਦਾ ਦੋ ਕਸ਼ਣ ਇੱਕ ਨੰਬਰ ਦੇ ਇੱਕ ਦੋ ਦਾ ਕੂੜੇ ਕਰਕਟ ਦੀ ਸੰਭਾਲ ਅਤੇ ਨਪਟਾਰੇ ਦਾ ਪ੍ਰਬੰਧ ਇਹ 4 ਅੰਕਾਂ ਦਾ ਦੋ ਕੁਛ ਨਿੱਕੇ ਨੰਬਰ ਦੇ ਤੇ ਇੱਕ ਕੁਐਸਚਨ 2 ਨੰਬਰ ਦਾ ਟੋਟਲ ਆ ਜਿਹੜਾ ਐਗਜ਼ਾਮ ਆ ਉਹ 70 ਅੰਕਾਂ ਦਾ ਹੋਏਗਾ 3 ਘੰਟੇ ਤੁਹਾਨੂੰ ਹੱਲ ਕਰਨ ਲਈ ਮਿਲਨੇ ਆ ਏਸੇ ਦੇ ਵਿੱਚ ਵੀ ਸੇਮ ਪੇਪਰ ਵੰਡਣਾ 16 ਕੁਐਸਚਨ ਹੋਣਗੇ ਇੱਕ ਤੋਂ ਪਹਿਲੇ ਜਿਹੜੇ 35 ਕੁਐਸਚਨ ਹੋਏ ਇੱਕ ਅੰਕਾਂ ਵਾਲੇ ਉਸ ਤੋਂ ਬਾਅਦ ਪ੍ਰਸ਼ਨ ਨੰਬਰ 2 ਤੋਂ ਲੈ ਕੇ 11 ਤੱਕ ਇਹ ਪਹਿਲੇ ਪਾਰਟ ਦੇ 35 ਨੇ ਬੇਟਾ ਦੋ-ਦੋ ਅੰਕਾਂ ਵਾਲੇ ਹੋਣਗੇ 12 ਤੋਂ 16 ਤੱਕ ਤਿੰਨ-ਤਿੰਨ ਅੰਕਾਂ ਵਾਲੇ ਪ੍ਰਸ਼ਨ ਹੋਣਗੇ ਟੋਟਲ ਪੇਪਰ ਆ ਜਿਹੜਾ 70 ਦਾ ਹੋਏਗਾ ਪ੍ਰਯੋਗੀ ਪ੍ਰੀਖਿਆ 20 ਦੀ ਤੇ ਇੰਟਰਨਲ ਅਸੈਸਮੈਂਟ 10 ਦੀ ਟੋਟਲ ਪੇਪਰ ਕੁੱਲ ਪੇਪਰ 100 ਦਾ ਠੀਕ ਹੈ ਤਾਂ ਇਹ ਸੀਗਾ ਜਮਾਤ 6ਵੀਂ 7ਵੀਂ ਤੇ 8ਵੀਂ ਜਮਾਤ ਲਈ ਸਾਇੰਸ ਵਿਸ਼ੇ ਦਾ ਪੇਪਰ ਪੈਟਰਨ ਜਿਹੜਾ ਕਿ ਤੁਹਾਨੂੰ ਬੋਰਡ ਇਗਜ਼ਾਮ ਤੇ ਪ੍ਰੀ ਬੋਰਡ ਇਗਜ਼ਾਮ ਦੇ ਵਿੱਚ ਇਸੇ ਹਿਸਾਬ ਨਾਲ ਹੀ ਪੇਪਰ ਆਏਗਾ ਥੈਂਕ ਯੂ ਬੇਟਾ